ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪਿਛਲੇ ਕਈ ਦਿਨਾਂ ਤੋਂ ਪੰਜਾਬੀ ਸਿੰਗਰਾਂ ਦਾ ਵਿਰੋਧ ਹੋ ਰਿਹਾ ਹੈ। ਹਰ ਦਿਨ ਨਵਾਂ ਪੰਜਾਬੀ ਕਲਾਕਾਰ ਵਿਵਾਦਾਂ ਵਿੱਚ ਘਿਰਿਆ ਰਹਿੰਦਾ ਹੈ। ਸਤੰਬਰ ਮਹੀਨੇ ਵਿੱਚ ਵਿਵਾਦਾਂ ਦੀ ਸ਼ੁਰੂਆਤ ਹੁੰਦਿਆਂ ਹੀ ਪਹਿਲੇ ਮਹੀਨੇ ਵਿੱਚ ਐਲੀ ਮਾਂਗਣ ਤੇ ਰੰਮੀ ਰੰਧਾਵਾ ਦੀ ਸ਼ੁਰੂਆਤ ਹੋਈ। ਸੌਂ ਲੱਗੇ ਪਰਮਾਤਮਾ ਦੀ, ਇਹਦੇ ਘਰੇ ਵੜੂੰਗਾ ਤੇ ਲਾਈਵ ਹੋ ਕੇ ਵੜੂੰਗਾ, ਤੇ ਜੇ ਨਾ ਵੜਿਆ ਤਾਂ ਯਾਰ ਮੈਂ ਅੱਜ ਤੋਂ ਬਾਅਦ ਗੀਤ ਨਹੀਂ ਕਰਦਾ। ਇਹ ਤੁਹਾਡੇ ਨਾਲ ਪ੍ਰੋਮਿਸ ਰਹਿ ਗਿਆ ਸਾਰਿਆਂ ਨਾਲ। ਜਿਹੜੀਆਂ ਮੁੰਦਰਾਂ ਪਾਈ ਫਿਰਦਾ ਨਾ ਕੰਨ 'ਚ, ਪੁੱਤ ਇਹਨਾਂ ਤੋਂ ਫੜ ਕੇ ਘੜੀਸੂਗਾ, ਇੰਨੀ ਗੱਲ ਯਾਰ। ਤੇਰੇ ਪੁਲਿਸ ਵਾਲਿਆਂ ਤੋਂ ਨਾ ਚਿੱਤੜ ਲਾਲ ਕਰਾਏ ਨਾ ਤਾਂ ਪੁੱਤ ਮੇਰਾ ਨਾਂ ਵੀ ਐਲੀ ਮਾਂਗ ਨਹੀਂ। ਜੇ ਤੇ ਪੁੱਤ ਆਪਣੇ ਪਿਓ ਦਾ ਜੰਮਿਆ ਆ, ਇੱਕ ਪਿਓ ਦਾ, ਬਹੁਤਿਆਂ ਤੋਂ ਆਏਗਾ ਤੇ ਫਿਰ ਨਹੀਂ ਆਏਗਾ। ਜੇ ਇੱਕ ਪਿਓ ਦਾ ਜੰਮਿਆ ਹੈ ਤੇ ਪੁੱਤ 11 ਤਰੀਕ ਨੂੰ ਤੂੰ ਮੋਹਾਲੀ ਜਾਣਾ ਹੀ। ਤੂੰ ਮੈਨੂੰ ਸੱਦਿਆ ਸੀ ਲੁਧਿਆਣੇ ਤੇ ਮੈਂ ਹੋਇਆ, ਮੈਂ ਆਪਣੇ ਪਿਓ ਦਾ ਹਾਂ ਤੇ ਮੈਂ 11 ਤਰੀਕ ਨੂੰ ਤੇਰਾ ਇੰਤਜ਼ਾਰ ਕਰਾਂਗਾ। 11 ਤਰੀਕ ਨੂੰ ਜੇ ਤੂੰ ਨਾ ਆਇਆ, ਤੂੰ ਇੰਨੀ ਗੱਲ ਲਾਈਵ ਦੇ ਵਿੱਚ ਕਹੀ ਸੀ ਕਿ ਮੈਂ ਗਾਇਕੀ ਛੱਡ ਦਿਆਂਗਾ, ਮੈਂ ਗਾਉਣਾ ਛੱਡ ਦਿਆਂਗਾ। ਜੇ ਪੁੱਤ ਜੇ ਜ਼ਬਾਨ ਹੈਗੀ ਉਹਨੇ ਤੇ ਗਾਉਣਾ ਛੱਡਣਾ ਹੀ, ਤੇ ਇੱਥੇ ਆਣ ਕੇ ਤੂੰ ਮੇਰੇ ਗਲ ਪੈਣਾ ਹੀ। ਤੂੰ ਜੇ ਬਦਮਾਸ਼ੀ ਦੀਆਂ ਗੱਲਾਂ ਕਰਦਾ ਨਾ, ਤੂੰ ਸਾਨੂੰ, ਮੈਂ ਨਹੀਂ ਚਾਹੁੰਦਾ ਇਹ ਕੰਮ ਵੱਲ ਆਉਣਾ, ਪਰ ਤੈਨੂੰ ਹੁਣ ਮੈਂ ਦੱਸੂੰਗਾ ਕਿ ਕੰਮ ਕਰੀ ਦੇ। ਜਿਸ ਤੋਂ ਬਾਅਦ ਐਲੀ ਮੰਗਣ ਨੂੰ 11 ਤਰੀਕ ਨੂੰ ਜੇਲ੍ਹ ਜਾਣਾ ਪਿਆ। ਦੂਸਰੇ ਮਾਮਲੇ ਵਿੱਚ ਗੁਰਨਾਮ ਭੁੱਲਰ ਦੀ ਵਾਰੀ ਆਈ, ਜਿਸ ਵਿੱਚ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈ। ਇਸ ਵੀਡੀਓ ਵਿੱਚ ਸਟੇਜ ਉੱਪਰ ਹੀ ਉਹ ਆਪਣੇ ਇੱਕ ਫੈਨ ਦਾ ਵਿਰੋਧ ਕਰਦੇ ਦਿਖਾਈ ਦਿੰਦੇ ਹਨ, ਜਿਸ ਤੋਂ ਬਾਅਦ ਇਸ ਮਾਮਲੇ ਸੰਬੰਧੀ ਉਹਨਾਂ ਨੂੰ ਵੀ ਮਾਫ਼ੀ ਮੰਗਣੀ ਪਈ। ਮੈਂ ਉਹ ਬਾਈ ਤੋਂ ਵੀ ਮਾਫ਼ੀ ਮੰਗਦਾ ਤੇ ਸਾਰਿਆਂ ਨੂੰ ਜਿਨ੍ਹਾਂ ਨੂੰ ਵੀ ਇਹ ਗੱਲ ਬੁਰੀ ਲੱਗੀ ਆ ਤੇ ਉਹਨਾਂ ਤੋਂ ਵੀ ਮਾਫ਼ੀ ਮੰਗਦਾ। ਇਸ ਤੋਂ ਬਾਅਦ ਤੀਸਰੇ ਮਾਮਲੇ ਵਿੱਚ ਵਾਰੀ ਆਉਂਦੀ ਹੈ ਸਿੱਧੂ ਮੂਸੇਵਾਲੇ ਦੀ। ਇਸ ਮਾਮਲੇ ਵਿੱਚ ਸਿੱਧੂ ਦਾ ਇੱਕ ਗੀਤ ਲੀਕ ਹੋ ਗਿਆ ਤੇ ਉਸ ਗੀਤ ਵਿੱਚ ਮਾਈ ਭਾਗੋ ਜੀ ਦਾ ਨਾਮ ਆਉਣ ਤੇ ਲੋਕ ਸਿੱਧੂ ਮੂਸੇਵਾਲੇ ਦਾ ਵਿਰੋਧ ਕਰਨ ਲੱਗੇ, ਜਿਸ ਤੋਂ ਬਾਅਦ ਉਹਨਾਂ ਨੇ ਪਰਿਵਾਰ ਸਮੇਤ ਇਸ ਬਾਰੇ ਮਾਫ਼ੀ ਵੀ ਮੰਗ ਲਈ, ਪਰ ਫਿਰ ਵੀ ਉਹਨਾਂ ਦਾ ਵਿਰੋਧ ਜਾਰੀ ਰਿਹਾ ਤੇ ਉਹਨਾਂ ਦਾ ਇਟਲੀ ਸ਼ੋਅ ਵੀ ਰੱਦ ਹੋ ਗਿਆ। ਇਸ ਤੋਂ ਬਾਅਦ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਭੇਜ ਦੁਬਾਰਾ ਮਾਫ਼ੀ ਮੰਗ ਲਈ। ਉਹ ਮੈਂ ਪਿੱਛੇ ਹੂਟਰ ਦਿਮਾਗ ਕੰਪਿਊਟਰ ਜੱਟ ਵੈਰੀ ਵਾਲੀ ਸ਼ੂਟਰ ਤੇ ਅਲੜਾ ਲਈ ਥੀ ਫਾੜੇ ਨੇ ਹੋਇਆ ਜੇਨ ਥੱਲੇ ਉਹੀ ਕਾਲੀ ਰੇਂਜ ਵਿੱਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ ਨੇ ਜਦੋਂ ਤੁਸੀਂ ਮੈਨੂੰ ਉਹਨਾਂ ਦੀ ਬਾਤ ਚ ਲਈ ਆਈ ਤਰੀਰ ਹੋ ਗਿਆ ਜੋ ਤੁਸੀਂ ਮੈਨੂੰ ਕਹਿ ਰਹੇ ਹੋ ਉਹ ਮੈਂ ਥਾਣੇ ਵਿੱਚ ਸਾਰ ਕੰਮ ਕਰ ਰਿਹਾ ਨਹੀਂ ਅਸੀਂ ਲਾਅ ਐਂਡ ਆਰਡਰ ਨੂੰ ਅਸੀਂ ਤਾਂ ਹਰ ਕਿ ਨਹੀਂ ਲੈਣਾ ਲਾਅ ਐਂਡ ਆਰਡਰ ਨੂੰ ਨਹੀਂ ਲੈਣਾ ਜੇ ਮੈਂ ਅਪਮਾਨ ਕੀਤਾ ਜੀ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਆ ਕੇ ਆਪਾਂ ਕਹਿੰਦੇ ਵੀ ਮੈਂ ਮਾਫ਼ੀ ਕਹਿੰਦਾ, ਮਾਫ਼ੀ ਮੰਗਦਾ ਸਾਰਿਆਂ। ਜੇ ਅਗਲੀ ਗੱਲ ਕਰੀਏ ਤਾਂ ਇਸ ਤੋਂ ਬਾਅਦ ਵਾਰੀ ਆਉਂਦੀ ਹੈ ਪੰਜਾਬੀ ਇੰਡਸਟਰੀ ਦਾ ਬਾਬਾ ਬੋਰਡ ਕਹੇ ਜਾਣ ਵਾਲੇ ਗੁਰਦਾਸ ਮਾਨ ਸਾਹਿਬ ਦੀ, ਜਿਸ ਵਿੱਚ ਗੁਰਦਾਸ ਮਾਨ ਸਾਹਿਬ ਦੇ ਇੱਕ ਬਿਆਨ ਇੱਕ ਬੋਲੀ ਇੱਕ ਰਾਸ਼ਟਰ ਕਰਕੇ ਲੋਕ ਉਹਨਾਂ ਦਾ ਵਿਰੋਧ ਕਰਨ ਲੱਗੇ। ਇਹ ਮਾਮਲਾ ਠੰਡਾ ਹੋਣ ਦਾ ਨਾਮ ਹੀ ਲੈ ਰਿਹਾ ਸੀ ਕਿ ਇਸ ਤੋਂ ਬਾਅਦ ਗੁਰਦਾਸ ਮਾਨ ਨੇ ਵਿਰੋਧ ਕਰਨ ਵਾਲੇ ਇੱਕ ਸਿੱਖ ਨੂੰ ਅਪਸ਼ਬਦ ਬੋਲ ਦਿੱਤੇ ਤੇ ਇਹ ਮਾਮਲਾ ਹੋਰ ਗਰਮਾ ਗਿਆ। ਜੇ ਮਾਂ ਬੋਲੀ ਤੇ ਅਸੀਂ ਇੰਨਾ ਜ਼ੋਰ ਦੇ ਰਹੇ ਤੇ ਮਾਸੀ ਤੇ ਵੀ ਜ਼ੋਰ ਦੇਣਾ ਚਾਹੀਦਾ, ਮਾਸੀ ਨੂੰ ਵੀ ਬਹੁਤ ਪਿਆਰ ਕਰੋ। ਇਸ ਤੋਂ ਬਾਅਦ ਆਖਿਰ ਵਿੱਚ ਵਾਰੀ ਆਈ ਕੇ ਐਸ ਮੱਖਣ ਦੀ, ਜਦੋਂ ਗੁਰਦਾਸ ਮਾਨ ਦੀ ਹਮਾਇਤ ਕਰਦੇ ਕਰਦੇ ਖੁਦ ਉਹ ਆਪ ਫਸ ਗਏ ਤੇ ਲੋਕਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ। 200 ਇੱਟ ਮੈਂ ਰੱਖੀ ਕੋਠੀ, ਉਹ ਦਿਖਾ ਜਿਹੜਾ ਕੋਠਾ ਇਹਨਾਂ ਨੂੰ, ਕੋਈ ਆਊਗਾ ਬਿਨਾਂ ਗੱਲ ਤੋਂ ਸਾਰਾ ਸਿਰ ਪਾੜ ਦੂੰ ਮੈਂ। ਮੇਰੇ ਕੋਲ ਹੁਣ ਕੋਈ ਆਵੇ ਕਹੀ ਨਾ, ਮੈਂ ਮਾਰ ਮਾਰ ਕੋਠੇ ਕਰਦੇ ਹੁਣ ਠੀਕ ਆ। ਤੁਸੀਂ ਕਹਿੰਦੇ ਇੱਟਾਂ ਮਾਰਾਂਗੇ, ਇਹ ਮਾਰਾਂਗੇ, ਇਹ ਦੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਹੁੰਦੀਆਂ ਤੇ ਖਾਲਸੇ ਜੰਮੇ ਇੱਟਾਂ ਉੱਟਾਂ ਖੜਕਾਉਣ ਨੂੰ ਨੇ। ਇਹੀ ਸੀ ਹੁਣ ਤੱਕ ਦੇ ਮਾਮਲੇ ਤੇ ਤੁਸੀਂ ਆਪਣੇ ਕਮੈਂਟ ਕਰ ਜ਼ਰੂਰ ਦੱਸਣਾ ਕਿ ਇਹਨਾਂ ਸਿੰਗਰਾਂ ਵਿੱਚੋਂ ਤੁਸੀਂ ਕਿਸ ਦੇ ਹੱਕ ਵਿੱਚ ਹੋ। ਇਸ ਦੇ ਨਾਲ ਹੀ ਇਸ ਤਰ੍ਹਾਂ ਦੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।